जिदे वर्गा स्कूल पूरे पंजाब दे विच किते नजर दे विच इंडिया विच भी है नहीं। अच्छा इहदे नाल दा स्कूल भी जिहदी कंडीशन है ओह भी 1 रुपया भी फीस नहीं जे लैंदे ते असी जिहड़ा हैगा तुहाडे बच्चे दी एजुकेशन फ्री करांगे पर शर्त इह है कि बच्चे नूं सिख बनना पऊगा। देखो अज कई धर्मां दे लोग साडे सिक्खी दे उत्ते वार करदे ने बच्चे उधर नूं जा रहे ने साडा मतलब सिर्फ उधरों रोकने लई कि जिहड़े साडे सिख बच्चे ने असीं उस पनीर नूं दा संभाल लईए उहनूं संभाल के असीं आईएएस ऑफिसर तां बणाईए साडे क्यों नहीं दवालिया वाले मतलब सुंदर सजे हुए ते आईपीएस अफसर बैठा दिखा रहा है सरकारी अस्पताल चल जो उठे भी 1 रुपया लेंदे आ फीस तुहाडी ओह भी है नहीं ओह भी है नहीं 10 पैसे भी फीस नहीं है और उस तो बाद जिन्ने कमरे ने जिन्ने आईसीयू सारे फ्री ने ना आईसीयू दे पैसे लेने आ पक्की गल है ए मैं कह जी पक्की गल है हुणे पुछ लो जाके सामने तां मरीज पया है कि दूर है बकायदा असीं पौधे ला रहे हैं एक ट्रैक्टर लिया एक नाल टैंकर लिया होया आपदा ही आपदा ही उस सवेरे बंदे दा काम ही को आपे टैंकर भर लो ते सारे नु पौधे नु पानी दे के आ असी लुका रखदे सी वी ना दसीए की लोड़ आपां दसनी साडा ही सांझ मालिक नाल है ना के मुखावे दे नाल। दूजी गल ये नाल चली सी कहिंदे भी ਪੌਣ ਪਾਣੀ ਦੀ ਗੱਲ ਕਰਨ ਉਹ ਤੁਸੀਂ ਦੱਸ ਦਿੱਤਾ ਵੀ 13 ਕਿੱਲੇ ਜਿਹੜੀ ਜ਼ਮੀਨ ਗੁਰੂ ਘਰ ਨੂੰ ਭੇਟਾ ਕੀਤੀ ਹੈ ਉਹਦੇ ਵਿੱਚ 3 ਏਕੜ ਦੇ ਵਿੱਚ ਜੰਗਲ ਲੱਗ ਗਿਆ ਜੀ ਤੇ ਬਾਕੀ ਜਿਹੜੀ ਹੈ ਆਰਗੈਨਿਕ ਖੇਤੀ ਹੋ ਰਹੀ ਹੈ ਤੇ ਉਹ ਆਰਗੈਨਿਕ ਖੇਤੀ ਜਿਹੜੀ ਹੈ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਸਾਰੀਆਂ ਸਬਜ਼ੀਆਂ ਹੋਰ ਸਮਾਨ ਜਾ ਰਿਹਾ ਮਾਤਾ ਖੀਵੀ ਪੌਣ ਤੇ ਪਾਣੀ ਦੀ ਆਪਾਂ ਜੀ ਗੱਲ ਹੋ ਗਈ ਐਜੂਕੇਸ਼ਨ ਬਾਰੇ ਤੁਸੀਂ ਦੱਸਿਆ ਵੀ ਉਹ ਕੰਮ ਕਰ ਰਹੇ ਹੋ ਜਿਹਦੇ ਵਰਗਾ ਸਕੂਲ ਪੂਰੇ ਪੰਜਾਬ ਦੇ ਵਿੱਚ ਕਿਤੇ ਨਜ਼ਰ ਦੇ ਵਿੱਚ ਇੰਡੀਆ ਵਿੱਚ ਵੀ ਹੈ ਨਹੀਂ ਜੀ ਅੱਛਾ ਇਹਦੇ ਨਾਲ ਦਾ ਸਕੂਲ ਵੀ ਜਿਹਦੀ ਕੰਡੀਸ਼ਨ ਇਹ ਹੋਵੇ ਵੀ 1 ਰੁਪਿਆ ਵੀ ਫੀਸ ਨਹੀਂ ਜੇ ਲੈਂਦੇ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਬੱਚੇ ਦੀ ਐਜੂਕੇਸ਼ਨ ਫ੍ਰੀ ਕਰਾਂਗੇ ਪਰ ਸ਼ਰਤ ਇਹ ਆ ਕਿ ਬੱਚੇ ਨੂੰ ਸਿੱਖ ਬਣਨਾ ਪਊਗਾ ਉਹਨੂੰ ਸਿੱਖ ਰਹਿਤ ਮਰਿਆਦਾ ਵਿੱਚ ਰਹਿਣਾ ਪਏਗਾ। ਦੇਖੋ ਅੱਜ ਕਈ ਧਰਮਾਂ ਦੇ ਲੋਕ ਸਾਡੇ ਸਿੱਖੀ ਦੇ ਉੱਤੇ ਵਾਰ ਕਰਦੇ ਨੇ ਬੱਚੇ ਉਧਰ ਨੂੰ ਜਾ ਰਹੇ ਨੇ ਸਾਡਾ ਮਤਲਬ ਸਿਰਫ ਉਧਰੋਂ ਰੋਕਣ ਲਈ ਵੀ ਜਿਹੜੇ ਸਾਡੇ ਸਿੱਖ ਬੱਚੇ ਨੇ ਅਸੀਂ ਉਸ ਪਨੀਰ ਨੂੰ ਤਾਂ ਸੰਭਾਲ ਲਈਏ ਉਹਨੂੰ ਸੰਭਾਲ ਕੇ ਅਸੀਂ ਆਈਐਸ ਆਫਿਸਰ ਤਾਂ ਬਣਾਈਏ ਸਾਡੇ ਕਿਉਂ ਨਹੀਂ ਦਵਾਲਿਆਂ ਵਾਲੇ ਮਤਲਬ ਸੁੰਦਰ ਸੱਜੇ ਹੋਏ ਤੇ ਆਈਪੀਐਸ ਅਫਸਰ ਬੈਠਾ ਦਿਖਿਆ ਦਾ ਹੈ ਇੱਕ ਸਿਰ ਦੇ ਉੱਤੇ ਦਮਾਲਾ ਸੱਜਿਆ ਹੋਵੇ ਦਾੜਾ ਪ੍ਰਕਾਸ਼ ਕੀਤਾ ਹੋਵੇ ਤੇ ਆਈਐਸ ਆਫਿਸਰ ਬੈਠਾ ਹੋਏਗਾ ਟੌਹਰੀ ਕੀ ਹੋਏਗਾ ਤਾਂ ਜੀ 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 ਇਹ ਦੇਖਣਾ ਚਾਹੁੰਦਾ ਇਸ ਦੇਖਣ ਵਾਸਤੇ ਦਫ਼ਤਰ ਤੇ ਗੁਰਸਿੱਖਾਂ ਨੂੰ ਵੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਹੁਣ ਜੇ ਗੱਲ ਕੋਈ ਕਹਿ ਲੇ ਹਸਪੀਟਲ ਦੀ ਤੇ ਹਸਪੀਟਲ ਭਾਈ ਆਲਰੇਡੀ ਹੈਗਾ ਹਸਪੀਟਲ ਦੇ ਵਿੱਚ ਸਾਡੀ ਓਪੀਡੀ ਫੀਸ ਜਿੰਨੇ ਵੀ ਡਾਕਟਰ ਨੇ 14 ਡਾਕਟਰ ਨੇ ਕਿਸੇ ਦੀ ਫੀਸ 1 ਰੁਪਈਆ ਵੀ ਨਹੀਂ ਹੈਗੀ ਸਰਕਾਰੀ ਹਸਪਤਾਲ ਚਲ ਜਾਓ ਉੱਥੇ ਵੀ 1 ਰੁਪਈਆ ਲੈਂਦੇ ਆ ਫੀਸ ਹਾਂ ਤੁਹਾਡੀ ਉਹ ਵੀ ਹੈ ਨਹੀਂ ਉਹ ਵੀ ਹੈ ਨਹੀਂ 10 ਪੈਸੇ ਵੀ ਫੀਸ ਨਹੀਂ ਹੈਗੀ ਔਰ ਉਸ ਤੋਂ ਬਾਅਦ ਜਿੰਨੇ ਕਮਰੇ ਨੇ ਹਾਂ ਜਿੰਨੇ ਆਈਸੀਯੂ ਨੇ ਸਾਰੇ ਫ੍ਰੀ ਨੇ ਨਾ ਆਈਸੀਯੂ ਦੇ ਪੈਸੇ ਲੈਣੇ ਆ ਪੱਕੀ ਗੱਲ ਆ ਇਹ ਮੈਂ ਕਹਾਂ ਜੀ ਪੱਕੀ ਗੱਲ ਆ ਹੁਣੇ ਪੁੱਛ ਲਓ ਜਾ ਕੇ ਸਾਹਮਣੇ ਤਾਂ ਮਰੀਜ਼ ਪਿਆ ਕਿਹੜੇ ਕਿਤੇ ਦੂਰ ਹੈ ਉਸ ਤੋਂ ਬਾਅਦ ਸਿਰਫ ਜਿਹੜੇ ਅਸੀਂ ਚਾਰਜ ਕਰਦੇ ਹਾਂ ਉਹ ਕਰਦੇ ਹਾਂ ਓਪਰੇਟ ਦੇ ਜੀ ਕਿਉਂ ਸਾਡੇ ਕੋਲ ਜਿੰਨੇ ਵੀ ਓਪਰੇਸ਼ਨ ਆ ਸਿਰਫ ਸਪਾਈਨ ਦੇ ਹੁੰਦੇ ਨੇ ਕਿਉਂਕਿ ਸਾਰੇ ਹੀ ਡਾਕਟਰਾਂ ਦਾ ਸਾਡਾ ਮੇਨ ਸਪਾਈਨ ਦਾ ਵਾ ਔਰ ਸਪਾਈਨ ਦੇ ਵਿੱਚ ਇੰਨੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਵਾ ਕਿ ਅਸੀਂ ਡੇਲੀ 2 ਤੋਂ 3 ਓਪਰੇਸ਼ਨ ਸਪਾਈਨ ਦੇ ਕਰ ਦਿੰਦੇ ਹਾਂ ਔਰ ਸਪਾਈਨ ਦੇ ਵਿੱਚ ਅਜੇ ਤੱਕ ਸਾਡੇ ਕਦੀ ਕੋਈ ਕੰਪਲੇਂਟ ਹੀ ਨਹੀਂ ਆਈ ਮੇਰੇ ਨਾਲ ਦੇ ਜਿਹੜੇ ਡਾਕਟਰ ਵੀ ਆ ਉਹ ਵੀ ਕਹਿੰਦੇ ਬੌਸ ਕੋਈ ਨਾ ਕੋਈ ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਵਰਤਦੀ ਹੈ ਅਜੇ ਤੱਕ ਇੱਕ ਵੀ ਪੇਸ਼ੈਂਟ ਜਿਹੜਾ ਹੈਗਾ ਆਪਣਾ ਫੇਲ ਨਹੀਂ ਹੋਇਆ ਜਿਹਦਾ ਕੀਤਾ 100% ਕਾਮਯਾਬ ਹੋਇਆ 100% ਜਦਕਿ ਸਪਾਈਨ ਦੇ ਵਿੱਚ ਹਮੇਸ਼ਾ ਹੀ ਡਾਕਟਰ ਕਹਿ ਦਿੰਦੇ ਆ ਜੀ ਥੋੜ੍ਹਾ ਬਹੁਤਾ ਰਿਸਕ ਹੈ ਕਾ ਜੀ ਅਤੇ ਅਸੀਂ ਤੁਹਾਡੇ ਕੋਲ ਜਦੋਂ ਆਉਂਦੇ ਅਸੀਂ ਕਹਿੰਦੇ 200% ਗਰੰਟੀ ਹੈਗੀ ਜੀ ਲਿਓ ਕਰਦੇ ਹਾਂ ਔਰ ਗੁਰੂ ਰਾਮਦਾਸ ਖੇਡ ਵਰਤਾਉਂਦਾ ਉਹ ਜਿਹੜਾ ਓਪਰੇਸ਼ਨ ਹੈ ਉਸ ਓਪਰੇਸ਼ਨ ਦੀ ਆਮ ਵੱਡੇ ਸ਼ਹਿਰਾਂ ਜਾਂ ਹੋਸਪਿਟਲਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਰੇਟ 8 ਲੱਖ ਰੁਪਈਆ ਚੱਲਦਾ ਹਾਂ ਠੀਕ ਹੈ ਜੀ 8 ਲੱਖ ਰੁਪਈਆ ਚੱਲਦਾ ਅਸੀਂ ਅੱਧੇ ਕਰ ਦਿੱਤੇ ਹੋਏ ਓਕੇ ਅਸੀਂ ਕਿਹਾ ਜੀ ਅਸੀਂ ਅੱਧੇ ਕਰਦੇ ਅਸੀਂ 4 ਲੱਖ ਹੀ ਲਵਾਂਗੇ ਠੀਕ ਹੈ ਜੀ 4 ਲੱਖ ਦੇ ਵਿੱਚ ਕਰਕੇ ਡਾਕਟਰਾਂ ਦੇ ਸਾਰੇ ਸ਼ੇਅਰ ਸੈਲਰੀ 'ਚ ਕੱਢ ਕੇ ਅਤੇ ਸਾਨੂੰ 1.5 ਲੱਖ ਫਿਰ ਵੱਧ ਜਾਂਦਾ
ਤੇ 1.5 ਲੱਖ ਨੂੰ 4 ਨਾਲ ਗੁਣਾ ਕਰ ਲਓ ਜੀ, ਰੋਜ਼ ਤਾਂ 6 ਲੱਖ ਹੋ ਗਿਆ, ਤੇ 6 ਲੱਖ ਨੂੰ ਮਹੀਨੇ ਨਾਲ ਗੁਣਾ ਕਰ ਲਓ ਤੇ ਕਿੱਥੇ ਜਾਂਦਾ ਹੈਗਾ ਜੀ। 1 ਕਰੋੜ 1.5 ਕਰੋੜ ਦਾ ਮਹੀਨੇ ਦਾ ਸਾਡਾ ਆਉਂਦਾ ਪਿਆ, ਪਰ ਜਿਹੜਾ ਆਉਂਦਾ ਪਿਆ ਉਹਦੇ ਵਿੱਚ ਬਚਦਾ ਕੁਛ ਨਹੀਂ ਪਿਆ। ਨਹੀਂ ਬਚਦਾ ਕੁਛ ਨਹੀਂ, ਬਚਤ ਨਹੀਂ, ਬਚਤ ਤਾਂ ਇੰਨੀ ਕਿ ਜਿੰਨੀ ਗੱਲ ਓਨੀ ਥੋੜ੍ਹੀ ਹੈ ਕਿ ਕੋਈ ਵੀ ਪੈਸਾ ਆਪਣੇ ਨਿੱਜੀ ਵਾਸਤੇ ਨਹੀਂ ਆ, ਆਪਣੀ ਨਿੱਜੀ ਜ਼ਿੰਦਗੀ ਦਾ ਘਰ ਮੈਂ ਨਹੀਂ ਜਾਂਦਾ, ਇੱਥੇ ਰਹਿਣਾ ਆਹ ਕਮਰਾ ਮੇਰਾ, ਠੀਕ ਹੈ ਜੀ, ਇੱਥੇ ਰਹਿਣਾ, ਇੱਥੇ ਹੀ ਸੌਣਾ। ਪਰ ਜਿਹੜੇ ਜਿਹੜੇ ਕਹਿ ਰਹੇ ਆ ਵੀ ਸਮਰਾ ਜੀ ਨੂੰ ਕਹੋ ਹਸਪਤਾਲਾਂ ਵਾਲੇ ਪਾਸੇ ਧਿਆਨ ਦੇਣ, ਲੋਕਾਂ ਦਾ ਇਲਾਜ ਹੋਵੇ, ਐਜੂਕੇਸ਼ਨ ਹੋਵੇ, ਉਹਨਾਂ ਫਿਰ ਦੇਖਿਆ ਹੀ ਨਹੀਂ ਵੀ ਸੌਂਦੇ ਹੀ ਹਸਪਤਾਲ 'ਚ ਨੇ। ਬਸ ਉਹ ਅੱਖਾਂ ਸੌਂਦੇ ਵੀ ਹਸਪਤਾਲ 'ਚ ਨੇ, ਅੱਖਾਂ ਮੀਟੀਆਂ ਨੇ ਜਾਂ ਕੈਮਰੇ ਦੇ ਸਾਹਮਣੇ ਆਉਣ ਲਈ ਕੋਈ ਨਾ ਕੋਈ ਗੱਲ ਕਰੀ ਜਾਂਦੇ, ਪਿੱਛਾ ਤਾਂ ਵੇਖਣ ਡਿਆ ਵੀ ਕਦੋਂ ਦਾ ਲੱਗਾ ਇਹਨਾਂ ਕੰਮਾਂ ਦੇ ਉੱਤੇ। ਮੈਨੂੰ 4 ਸਾਲ ਹੋ ਗਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਬਖਸ਼ਿਸ਼ ਕੀਤੀ ਇਸ ਪਾਸੇ ਨੂੰ ਤੋਰਿਆ, ਅਤੇ ਇੰਨਾ ਕੁ ਆਨੰਦ ਹੈ ਵੀ ਜਿੰਨਾ ਵੀ ਸਾਡੇ ਕੋਲ ਪੈਸਾ ਬਚਦਾ ਨਾ, ਜੇ ਕੋਈ ਮਰੀਜ਼ ਵੀ ਹੈ ਨਾ ਅਸੀਂ ਉਹਨੂੰ ਮਰੀਜ਼ ਨਹੀਂ ਗਿਣਦੇ, ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਸੰਗਤ ਆਏ, ਅਤੇ ਜਿਹੜੇ ਵੀ ਪੈਸੇ ਆਉਂਦੇ ਆ ਇਹ ਸੰਗਤ ਦੇ ਆਉਂਦੇ, ਬਚਤ ਹੁੰਦੀ ਹੈ ਅਤੇ ਸੰਗਤ ਦੇ ਪੈਸੇ 'ਚ ਹੁੰਦੀ ਆ ਨਾ, ਅਤੇ ਜਿਹੜਾ ਵੀ ਕੋਈ ਵੀ ਸਮਾਨ ਬਣਦਾ ਹੈਗਾ ਉਹ ਗੁਰੂ ਰਾਮਦਾਸ ਪਾਤਸ਼ਾਹ ਬਣਾਉਂਦੇ ਨੇ ਅਤੇ ਸੰਗਤ ਦੇ ਪੈਸਿਆਂ ਨਾਲ ਬਣਦਾ ਹੈਗਾ। ਉਹ ਅਸੀਂ ਨਹੀਂ ਕਹਿ ਸਕਦੇ ਜੀ ਅਸੀਂ ਆਹ ਬਣਾਤਾ, ਅਸੀਂ ਆਹ ਕਰਤਾ, ਬਿਲਕੁਲ ਨਹੀਂ ਹੈਗਾ। ਕਿਸੇ ਇਨਸਾਨ ਦੀ ਕੋਈ ਕਰਤੂਤ ਨਹੀਂ ਹੈਗੀ, ਮੇਰੀ ਕੋਈ ਔਕਾਤ ਨਹੀਂ ਹੈਗੀ, ਸਾਡੀ ਕੀ ਕਰਤੂਤ ਹੈਗੀ ਅਸੀਂ ਪਾਤਸ਼ਾਹ ਦੇ ਕੁਛ ਕਰ ਸਕੀਏ, ਬਿਲਕੁਲ ਨਹੀਂ ਹੈਗਾ। ਸੈਕੰਡਲੀ ਭੇਟਾ ਜਿਹੜਾ ਖੁਦ ਹੀਰਾ ਹੈ ਉਹਨੂੰ ਕੀ ਦਿਓਗੇ ਤੁਸੀਂ, ਕੀ ਕਰ ਸਕਦੇ, ਕੁਛ ਨਹੀਂ। ਸਿਰਫ ਉਹ ਜੇਕਰ ਇਹ ਚੀਜ਼ਾਂ ਹੈਗੀਆਂ ਨੇ ਤਾਂ ਸਾਡੇ ਮਨ ਦੀ ਸ਼ਾਂਤੀ ਵਾਸਤੇ ਹੈ ਕਿ ਸਾਨੂੰ ਦੇਖ ਕੇ ਸਕੂਨ ਆਉਂਦਾ, ਸਾਨੂੰ ਦੇਖ ਕੇ ਆਨੰਦ ਆਉਂਦਾ, ਬਸ ਇੰਨੀ ਗੱਲ ਹੈ। ਉਹਦੇ ਵਾਸਤੇ ਮਾਲਕ ਇਹ ਖੇਡ ਵਰਤਾਉਂਦਾ, ਔਰ ਜਿੰਨੀ ਵੀ ਖੇਡ ਆ ਸਾਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਹੈ। ਜਦੋਂ ਅਸੀਂ ਅੰਦਰ ਵੜਦੇ ਹਾਂ ਗੱਡੀ ਲਾ ਕੇ ਜੀ, ਅਤੇ ਉੱਥੇ ਲਿਖਿਆ ਹੋਇਆ ਮੇਰੇ ਖਿਆਲ 1,13,000 ਕੇ ਖਰੇ 1,33,000 ਜਿਹੜੇ ਪੌਦੇ ਆ, ਹਾਂ ਉਹ ਫਿਰ ਲਾ ਦਿੰਦੇ ਹੋ ਕਿ ਲਾ ਕੇ ਭੁੱਲ ਜਾਂਦੇ ਹੋ, ਕਿ ਸਿਆਣੇ ਕਹਿੰਦੇ ਖੇਤੀ ਖਸਮਾ ਛੇਤੀ, ਬਾਅਦ ਵਿੱਚ ਉਹਦਾ ਪਤਾ ਵੀ ਲੈਂਦੇ ਹੋ? ਨਹੀਂ ਇਸ ਤਰ੍ਹਾਂ ਨਹੀਂ ਹੈ ਜੀ, ਬਕਾਇਦਾ ਅਸੀਂ ਉਹ ਪੌਦੇ ਲਾ ਰਹੇ ਹਾਂ, ਇੱਕ ਟਰੈਕਟਰ ਲਿਆ, ਹਾਂ ਇੱਕ ਨਾਲ ਟੈਂਕਰ ਲਿਆ ਹੋਇਆ ਆਪਦਾ ਹੀ ਆਪਦਾ ਹੀ। ਉਹ ਸਵੇਰੇ ਬੰਦਿਆਂ ਦਾ ਕੰਮ ਹੀ ਇੱਕੋ ਆ ਵੀ ਟੈਂਕਰ ਭਰ ਲਓ ਅਤੇ ਸਾਰਿਆਂ ਨੂੰ ਪੌਦਿਆਂ ਨੂੰ ਪਾਣੀ ਦੇ ਕੇ ਆ ਜਾਓ। ਪੌਦੇ ਲਾਉਣ ਲਈ ਤਾਂ ਅੱਜ ਕੱਲ੍ਹ ਲੋਕ ਇਹ ਕਰਦੇ ਵੀ ਇੱਕ ਪੌਦਾ ਲਾ ਕੇ ਫੋਟੋ ਖਿਚਾ ਕੇ ਕਹਿੰਦੇ ਮੁਖੀ ਸਾਹਿਬ ਸਵੇਰੇ ਲਾ ਦਿਓ, ਠੀਕ ਹੈ, ਕਿਉਂਕਿ ਐਡਵਰਟਾਈਜਮੈਂਟ ਹੈ। ਜੇ ਕਿਤੇ ਲੰਗਰ ਤਾਂ ਅਸੀਂ ਕਿਸੇ ਨੂੰ ਪ੍ਰਸ਼ਾਦਾ ਛਕਾ ਦਈਏ ਅਤੇ ਕਹਿੰਦੇ ਮੁਖੀ ਸਾਹਿਬ ਸਵੇਰੇ ਲਾ ਦਿਓ ਨਾਲ ਲੰਗਰ ਵਰਤਾਇਆ, ਇਹ ਮਰਿਆਦਾ ਨਹੀਂ ਹੈਗੀਆਂ। ਮਰਿਆਦਾ ਤਾਂ ਇਹ ਹੈ ਵੀ ਜੋ ਤੁਸੀਂ ਕਰਨਾ ਕਰੋ, ਪਰ ਇਹਨਾਂ ਦਾ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਹੈਗੀ, ਸਮਾਂ ਆਉਣ 'ਤੇ ਆਪੇ ਸਭ ਕੁਛ ਸਾਹਮਣੇ ਆ ਜਾਂਦਾ। ਇਹ ਰੱਬੀ ਨਿਜ਼ਮ ਆ, ਕਦੀ ਕੋਈ ਚੀਜ਼ ਛੁਪੀ ਨਹੀਂ ਰਹਿੰਦੀ, ਉਹ ਤੁਹਾਡੇ ਮੁੱਖ ਤੋਂ ਪ੍ਰਗਟ ਹੋ ਜੇ ਜਾਂ ਕਿਸੇ ਮੁੱਖ ਤੋਂ ਪ੍ਰਗਟ ਹੋ ਜੇ, ਆਪਣੇ ਆਪ ਪ੍ਰਗਟ ਹੋ ਜਾਂਦੀ ਆ। ਹੁਣ ਅਸੀਂ ਜਿਹੜੀ ਆ ਸੋਨੇ ਦੀ ਜਾਂ ਇਹ ਗੱਲ ਹੈਗੀ ਸੀ, ਅਸੀਂ ਕਿਸੇ ਕੋਲ ਨਾਮ ਨਹੀਂ ਸੀ ਲੈਂਦੇ ਜੀ, ਦੱਸਦੇ ਮੁੱਦਾ ਨਾ ਬਣਦਾ ਤੇ ਪਤਾ ਨਹੀਂ ਸੀ ਲੱਗਣਾ ਵੀ ਕੋਈ ਸਮਰਾ ਨਾਮ ਦਾ ਇਨਸਾਨ ਇਹ ਕੰਮ ਕੀਤਾ। ਹਾਂ ਹੁਣ ਮਾਲਕ ਨੇ ਇੱਕ ਐਸਾ ਜ਼ਰੀਆ ਇੱਕ ਵਿਧ ਬਣਾ ਦਿੱਤੀ ਕਹਿ ਲਓ ਕਿ ਅੱਜ ਬੱਚੇ ਨੂੰ ਪਤਾ ਲੱਗ ਗਿਆ, ਇਹ ਮਾਲਕ ਦੀ ਮੌਤ ਆ। ਅਸੀਂ ਲੁਕਾ ਰੱਖਦੇ ਸੀ ਵੀ ਨਾ ਦੱਸੀਏ, ਕੀ ਲੋੜ ਆਪਾਂ ਨੂੰ ਦੱਸਣੀ, ਸਾਡਾ ਹੀ ਸਾਂਝ ਮਾਲਕ ਨਾਲ ਹੈ, ਨਾ ਕਿ ਵਿਖਾਵੇ ਦੇ ਨਾਲ।